ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ। ਲੱਗਦੇ ਆ ਜੀ ਕਣਕ ਵੱਢਣ, ਮਸ਼ੀਨ ਆ ਗਈ ਖੇਤ 'ਚ, ਆਪਾਂ ਟਰੈਕਟਰ ਟਰਾਲੀ ਲੈ ਕੇ ਪਹੁੰਚਦੇ ਹਾਂ ਖੇਤ 'ਚ। ਉਹ ਖੜੀ ਆ ਸਾਹਮਣੇ ਮਸ਼ੀਨ। ਕਟਰ ਬਾਲ ਪਾ ਕੇ ਅਤੇ ਲੈ ਕੇ ਚੱਲਦੇ ਹਾਂ ਖੇਤ 'ਚ ਮਸ਼ੀਨ ਨੂੰ, ਕਰਦੇ ਹਾਂ ਵਢਾਈ ਕਣਕ ਦੀ। 2 ਗੀਲੇ ਨੇ, ਆਹ ਟਰਾਲੀ ਲਿਆਈ ਤੀ 19 ਫੁੱਟੀ, ਆਪਾਂ ਇਹ 'ਚ ਪੈ ਜਾਣੀ ਆ ਡੱਬੇ ਡੱਬੇ 'ਚ। ਚਲਾਤੀ ਜੀ ਮਸ਼ੀਨ ਕਣਕ 'ਤੇ, ਲੱਗ ਗਏ ਵੱਢਣ ਅਤੇ ਪਹਿਲਾ ਗੇੜਾ ਲਾ ਰਹੀ ਆ ਮਸ਼ੀਨ। ਬਾਕੀ ਦਾਣਾ ਦੂਣਾ ਚੈੱਕ ਕਰਦੇ ਹਾਂ। ਪੂਰੀ ਵਧੀਆ ਸਫਾਈ ਆ ਮਸ਼ੀਨ ਦੀ, ਦੇਖੋ ਕੋਈ ਦਾਣਾ ਨਹੀਂ, ਨਾ ਬੱਲੀ ਜਾ। ਅਤੇ ਇਹ ਪ੍ਰੀਤ ਡਬਲ ਥਰੈਸ਼ਰ ਮਸ਼ੀਨ ਆ, ਇਸੇ ਕਰਕੇ ਪੂਰੀ ਸਫਾਈ ਨਾਲ ਵੱਢ ਰਹੀ ਆ ਅਤੇ ਨਾ ਦਾਣਾ ਆ ਰਿਹਾ ਬੱਲੀ 'ਚ। ਬਾਕੀ ਦੇਖਦੇ ਹਾਂ ਕੀ ਝਾੜ ਆਉਂਦਾ 826 ਦਾ, 826 ਬੀਜ ਆ ਇਹ। ਅਤੇ ਬਾਕੀ ਕਰ ਲਓ ਚੈੱਕ ਵੀ ਕਿਵੇਂ ਖੜੀ ਆ, ਦੱਸਾਂਗੇ ਸਾਰੀ ਜਾਣਕਾਰੀ ਵੀ ਕਿੰਨਾ ਝਾੜ ਆਇਆ। 2 ਕਿੱਲਿਆਂ ਦਾ ਪਲਾਟ ਆਪਣਾ ਇਹ, 10-20 ਜਗ੍ਹਾ ਘੱਟ। ਬਾਕੀ ਲਾਗ ਤਾਂ ਵੀਰ ਨੇ ਛੱਡੀ ਨਹੀਂ, ਇਹਨੂੰ ਆਪਾਂ ਕਹਿਤਾ ਸੀ ਵੀ ਲਾਗ ਲੂਗ ਨਾ ਛੱਡੀ। ਅਤੇ ਮੌਸਮ ਹੋ ਗਿਆ ਠੀਕ, ਧੁੱਪਾਂ ਨਿਕਲਿਆ ਜੀ, ਇਸੇ ਕਰਕੇ ਆਪਾਂ ਫਿਰ ਕਿਹਾ ਚਲੋ ਵਢਾ ਦਿੰਦੇ ਹਾਂ, ਨਹੀਂ ਫਿਰ ਕੱਲ੍ਹ ਨੂੰ ਜਾਂ ਪਰਸੋਂ ਨੂੰ ਵੱਢਣੀ ਸੀ। ਟਰੈਕਟਰ ਖੜ੍ਹਾ ਆਪਣਾ ਉਹ ਪਰੇ, ਟੈਂਕ ਭਰੇ ਤੇ ਫਿਰ ਲਿਆਵਾਂਗੇ, ਜਿਹੜਾ ਮਾੜਾ ਮੋਟਾ ਲਾਗਾ ਛਾਗਾ ਹੋਊਗਾ ਫੜ ਲਾਂਗੇ ਬੱਲੀ ਬੁੱਲੀ। ਟੈਂਕ 'ਚ ਦਾਣੇ ਦੇਖਦੇ ਹਾਂ ਕਿ ਸਾਫ ਆਉਂਦੇ ਨੇ। ਚੱਲਦੇ ਹਾਂ ਟਰੈਕਟਰ ਖੇਤ 'ਚ ਲੈ ਕੇ ਦਾਣੇ ਪਾਉਣ ਵਾਲੇ, ਦੇਖਦੇ ਹਾਂ ਵੀ ਕਿੱਦਾਂ ਦੇ ਦਾਣੇ ਕੱਢਦੀ ਆ, ਵੀ ਕਿੱਦਾਂ ਦੀ ਕਣਕ ਆ, ਵੀ ਮਾਜੂ ਦਾ ਨਹੀਂ ਜਾਂ ਵੀ ਕਿਵੇਂ ਆ, ਅਤੇ ਝਾੜ ਝੂੜ ਸਾਰਾ ਕੁਝ ਦੱਸਾਂਗੇ। ਨੌ CRTI
ਕਹੀ ਆ ਕਣਕ ਪੂਰੀ ਮੋਟੀ ਆ ਐਨ ਇਹ ਤਾਂ ਕਿਤੇ ਹੋਣਾ ਹੀ ਆ ਮਾੜਾ ਮੋਟਾ ਵੱਢਿਆ ਗਿਆ ਜੀ ਅੱਧ ਤੋਂ ਵੱਧ ਖੇਤ ਬਾ ਰਹਿ ਗਏ ਪੰਜ ਚਾਰ ਗੇੜੇ ਤੇ ਬਾਕੀ ਦੋ ਟੈਂਕ ਪੈ ਗਏ ਕਣਕ ਦੇ ਅਤੇ ਕਣਕ ਵਧੀਆ ਮੋਟੀ ਆ ਪੂਰੀ ਅਤੇ ਸਾਫ਼ ਆ ਅਤੇ ਇੱਕ ਅੱਧਾ ਟੈਂਕ ਹੋਰ ਹੋਊਗਾ ਉਹੀ ਮੰਨ ਕੇ ਚੱਲੋ ਹੋ ਜਾਣਗੇ ਦੋ ਕਿੱਲਿਆਂ 'ਚੋਂ 45 ਕੁਇੰਟਲ ਦਾ ਗੇੜ 40 45 ਬਾਕੀ ਤੋਲੇ 'ਤੇ ਪਤਾ ਲੱਗ ਜੂਗਾ ਝਾੜ ਦਾ ਵੀ ਕੀ ਝਾੜ ਆਇਆ ਵੀਡੀਓ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਜੇ ਕਿਸੇ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਵੱਢੀ ਗਈ ਕਣਕ ਲਾਸਟ ਟੈਂਕ ਲੱਗਿਆ ਕੱਢਣ ਬਾਕੀ ਹੁਣ ਪਿੰਡ ਜਾ ਕੇ ਜੌਂ ਵੱਢਣੇ ਨੇ ਕਟਰ ਬਾਲ ਲਾ ਕੇ ਟਰਾਲੇ 'ਤੇ ਪਿੰਡ ਜਾਊਗੀ ਮਸ਼ੀਨ ਆਪਾਂ ਵੀ ਲੈ ਕੇ ਚੱਲਦੇ ਹਾਂ ਪਿੰਡ ਨੂੰ ਅਤੇ ਫਿਰ ਦੋ ਕੁ ਦਿਨ ਤੱਕ ਚਲਾਉਂਦੇ ਹਾਂ ਰੀਪਰ ਅਤੇ ਨਾਲੇ ਚੈੱਕ ਹੋ ਜੂਗਾ ਅਤੇ ਨਾਲੇ ਤੂੜੀ ਬਣਾ ਲਾਂਗੇ ਹੋਣਗੇ ਤਕਰੀਬਨ 47 ਕੁਇੰਟਲ ਦਾ ਐਡਗੇਟ ਹੋਊਗਾ ਫੁੱਲ ਟੈਂਕ ਭਰ ਕੇ ਪੈ ਜਾਂਦੇ ਨੇ 20-22 ਕੁਇੰਟਲ ਪੈਂਦੇ ਨੇ ਮਸ਼ੀਨ 'ਚ ਤੇ 'ਚ ਪੈ ਗਏ ਆਪਣੇ 2.5 ਟੈਂਕ ਪੈ ਗਏ ਉਹੀ 45 ਤੋਂ ਪਲੱਸ ਕੁਇੰਟਲ ਹੋਣਗੇ ਬਾਕੀ ਤੋਲੇ 'ਤੇ ਸਾਰਾ ਝਾੜ ਦਾ ਪਤਾ ਲੱਗ ਜੂ 826 ਬੀਜ ਦੀ ਆਪਣਾ ਇਹ ਬਾਕੀ ਦੱਸਾਂਗੇ ਵੀਡੀਓ ਸਾਂਝਾ ਕਰਾਂਗੇ ਬਾਕੀ ਦੇਖ ਲਈਏ ਇੱਕ ਡਾਲੇ ਦੀ ਆਹ ਕੁੰਡੀ ਲੱਗੀ ਹੋਈ ਬਾਕੀ ਟਿਕਰੇ ਨਾ ਡਾਲੇ ਰਾਹੀਂ ਨਾ ਢਿੱਲਾ ਹੋਇਆ ਹੋਇਆ ਸੀ ਇਹਦਾ ਇਹਨਾਂ ਨੂੰ ਤੇਲ ਦੇਣੇ ਵਾਲਾ ਔਰ ਇਹਦੇ ਕੁਛ ਜੇ ਜਾਂ ਗੋਲੀਆਂ ਜਿਹੀਆਂ ਹੁੰਦੀਆਂ ਨੇ ਆਹ ਦੇਖੋ ਚੰਗੀ ਤਰ੍ਹਾਂ ਹੀ ਲੱਗਦਾ ਢਿੱਲਾ ਇੱਕੇ ਲੱਗਿਆ ਹੋਇਆ ਕੁੰਡਾ ਇਹਨੂੰ ਆਰਾਮ ਨਾਲ ਜਾਣਾ ਪੈਣਾ ਵੀ ਕਿਤੇ ਡਾਲਾ ਖੁੱਲ੍ਹ ਜਾਵੇ ਥੋੜ੍ਹਾ ਜਿਹਾ ਵਿੱਚ ਵਿੱਚ ਹਰਾ ਜਿਹਾ ਦਾਣਾ ਝਾਕਦਾ ਕਿਤੇ ਕਿਤੇ ਜੇ ਉਹ ਵੀ ਜਿਹੜੀ ਹੇਠਾਂ ਕਣਕ ਜੰਮੀ ਹੋਈ ਆ ਬਾਕੀ ਦੇਖੋ ਕਣਕ ਪੂਰੀ ਮੋਟੀ ਆ 826 ਅਤੇ ਲੋਕਾਂ ਨੇ ਬਹੁਤ ਐਤਕੀ ਕਿਹਾ ਇਹ ਤਾਂ ਫੇਲ ਹੋਊਗੀ ਵਰਾਇਟੀ
ਵੀ ਵਧੀਆ ਨਹੀਂ ਹੈਗਾ, ਝਾੜ ਘੱਟ ਆ। ਆਪਾਂ ਪੂਰੀ ਜਾਣਕਾਰੀ ਦੇਵਾਂਗੇ ਤੁਹਾਨੂੰ ਵੀ ਕਿੰਨਾ ਝਾੜ ਆਇਆ ਏ, ਅਤੇ ਇੱਦੋਂ ਅਗਲੀ ਵੀਡੀਓ 'ਚ।